ਤਸਵੀਰ ਹੈ 35 ਸਾਲ ਦੇ ਕੁਲਦੀਪ ਸਿੰਘ ਦੀ, ਜੋ ਸਮਰਾਲਾ ਦੇ ਇੱਕ ਜਾਗਰਣ ਸਮਾਗਮ 'ਚ ਸਾਊਂਡ ਸਿਸਟਮ ਲਗਾਉਣ ਗਿਆ ਸੀ ਪਰ ਕਰੰਟ ਦੀ ਚਪੇਟ 'ਚ ਆ ਗਿਆ। ਹਾਲਾਂਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ। ਕੁਲਦੀਪ ਸਿੰਘ ਅਮਰਾਲੇ ਤੋਂ ਕੱਲ੍ਹ ਇੱਥੇ ਕੰਮ ਕਰਨ ਵਾਸਤੇ ਆਇਆ ਸੀ, ਲੇਬਰ ਦਾ ਕੰਮ ਕਰਦੇ ਸੀ ਉਹ, ਕੋਈ ਜਾਗਰਣ ਸੀ। ਉੱਥੇ ਉਹਦੀ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ ਜੀ, ਅਤੇ ਉਹਦੀ ਡੈਥ ਹੋ ਗਈ, ਮੌਤ ਹੋ ਗਈ ਉਹਦੀ। ਅਤੇ ਉਹਦੇ ਵੀ ਸੰਸਥਾ ਉਹਨੇ ਮਦਦ ਕੀਤੀ ਆ, ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਬੱਚੇ ਹਾਂ, ਛੋਟੇ ਛੋਟੇ ਬੱਚੇ ਹਾਂ ਜੀ, ਵੀ ਉਹਨੂੰ ਕੋਈ ਮੁਆਵਜ਼ਾ ਤਾਂ ਵੱਧ ਤੋਂ ਵੱਧ ਦੇ ਕੇ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ ਅਤੇ ਬੱਚਿਆਂ ਦੀ ਪੜ੍ਹਾਈ ਦਾ ਅੱਗੇ ਜਿਹੜਾ ਚੱਲ ਸਕੇ ਕੰਮ। ਘਟਨਾ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਵੀ ਪਹੁੰਚੀ ਤੇ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਰਾਤ ਜਾਗਰਣ ਸੀਗਾ, ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ, ਅਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਅਤੇ ਕੋਈ ਇਹਨਾਂ ਨੂੰ ਕਰੰਟ ਲੱਗਿਆ, ਜਿਸ ਨਾਲ ਉਸਦੀ ਫਿਰ ਮੌਤ ਹੋ ਗਈ ਹੈਗੀ ਆ, ਜਿਹਦੀ ਅਸੀਂ ਆ ਗਏ ਹੈਗੇ, ਸਾਡੇ ਕੋਲ ਮਦਈ ਆ ਗਏ ਹੈਗੇ, ਉਹਦੀ ਮਿਸਿਜ ਆਈ ਆ, ਭਰਾ ਨੇ, ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ, ਅਤੇ ਉਹਦੀ ਅਸੀਂ 194 BNSS 'ਚ ਕਾਰਵਾਈ ਕਰਨ ਲੱਗੇ ਹਾਂ ਅਤੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਅੱਜ ਹੀ ਅਸੀਂ ਲਾਸ਼ ਜਿਹੜੀ ਆ ਪਰਿਵਾਰ ਦੇ ਹਵਾਲੇ ਕਰ ਦਾਂਗੇ ਸੰਸਕਾਰ। ਕਰੰਟ ਲੱਗਣ ਦੀ ਦੂਜੀ ਘਟਨਾ ਸਮਰਾਲਾ ਦੇ ਪਿੰਡ ਕੋਟ ਗੰਗੂ ਰਾਏ ਤੋਂ ਸਾਹਮਣੇ ਆਈ, ਜਿੱਥੇ ਬਜ਼ੁਰਗ ਗੁਰਮੀਤ ਕੌਰ ਪਰਿਵਾਰ ਦੇ ਨਾਲ ਮੇਲਾ ਦੇਖਣ ਪਹੁੰਚੀ ਸੀ, ਜਿੱਥੇ ਉਹਨਾਂ ਨੇ ਗੱਡੀ ਪਾਰਕ ਕੀਤੀ ਉੱਥੇ ਹੀ ਇੱਕ ਕੋਲਡ ਡਰਿੰਕ ਦੀ ਵੈਨ ਵੀ ਚਾਰਜਿੰਗ ਦੇ ਲਈ ਖੜ੍ਹੀ ਸੀ ਅਤੇ ਜਦੋਂ ਉਹ ਵਾਪਸ ਪਰਤਣ ਲਈ ਆਪਣੀ ਗੱਡੀ 'ਚ ਬੈਠਣ ਲੱਗੇ ਤਾਂ ਨੇੜੇ ਖੜ੍ਹੀ ਕੋਲਡ ਡਰਿੰਕ ਵਾਲੀ ਵੈਨ ਨੂੰ ਗੁਰਮੀਤ ਕੌਰ ਦਾ ਹੱਥ ਲੱਗ ਜਾਂਦਾ ਹੈ ਅਤੇ ਉਹ ਕਰੰਟ ਦੀ ਚਪੇਟ 'ਚ ਆ ਜਾਂਦੇ ਨੇ। ਕੋਟ ਪਿੰਡ ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਅਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਗੱਡੀ 'ਚ ਬੈਠਣ ਲੱਗੇ, ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜ੍ਹੀ ਸੀਗੀ ਅਤੇ ਉਹਦੇ ਨਾਲ ਮਾਤਾ ਦਾ ਹੱਥ ਲੱਗ ਗਿਆ ਜਾਂ ਕੁਛ ਵੀ ਕਹਿ ਲਓ, ਨਾਲ ਲੱਗ ਗਏ ਉਹ ਅਤੇ ਉਹਨੂੰ ਕਰੰਟ ਲੱਗ ਗਿਆ ਜਿਹਦੇ ਕਾਰਨ ਉਹਨਾਂ ਦੀ ਜਾਨ ਚਲੇ ਗਈ। ਅਤੇ ਮੈਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਵੀ ਇਹੋ ਜਿਹੀ ਗੱਡੀਆਂ ਦੀ ਸਖ਼ਤ ਨੋਟਿਸ ਲਵੇ, ਪਰਚਾ ਦਰਜ ਕਰਨਾ ਚਾਹੀਦਾ ਵਾ, ਜਿਹਦੇ ਕਰਕੇ ਸਾਡਾ ਉੱਡਾ ਬੜਾ ਘਾਟਾ ਪਿਆ। ਔਰ ਪਰਿਵਾਰ ਜਦ ਉਹਨਾਂ ਨੂੰ ਹਸਪਤਾਲ ਲੈ ਕੇ ਪਹੁੰਚਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਬਿਜਲੀ ਜੋ ਕਰੋੜਾਂ ਘਰਾਂ ਨੂੰ ਰੋਸ਼ਨ ਕਰਦੀ ਹੈ, ਜੋ ਅੱਜ ਸਾਡੀ ਰੋਜ਼ਾਨਾ ਦੇ ਜੀਵਨ 'ਚ ਇਸਤੇਮਾਲ ਹੋਣ ਵਾਲੀ ਲਗਭਗ ਹਰ ਚੀਜ਼ ਦਾ ਹਿੱਸਾ ਬਣ ਗਈ ਹੈ, ਉਸੇ ਬਿਜਲੀ ਦੀ ਵਜ੍ਹਾ ਨਾਲ ਦੋ ਪਰਿਵਾਰਾਂ 'ਚ ਮਾਤਮ ਪਸਰ ਗਿਆ। ਬਿਊਰੋ ਰਿਪੋਰਟ, ਨਿਊਜ਼ 18।